ਤੇ ਸਤਿ ਸ਼੍ਰੀ ਅਕਾਲ ਜੀ, ਅਸੀਂ ਹੈਗੇ ਜੀ ਇਸ ਵੇਲੇ ਜਰਮਨ ਦੇ ਵਿੱਚ, ਤੇ ਤੁਹਾਨੂੰ ਜਰਮਨ ਦੀ ਇੱਕ ਚੀਜ਼ ਦਿਖਾਉਣੇ ਖਾਸੀਅਤ ਤੇ ਆਪਾਂ ਇਸ ਰੋਡ ਤੇ ਹੁਣ ਜਿੱਦਾਂ ਚਲਾਉਂਦੇ ਗੱਡੀ ਅਸੀਂ ਤੇ ਅਨਲਿਮਿਟਿਡ ਹੈ, ਇੱਥੇ 200 ਚਲਾਵਾ ਚਾਹੇ 300 ਚਲਾਵਾ। ਅੱਛਾ, ਜਿਹਦੀ ਲਾਈਨ ਖਿੱਚੀ ਹੋ ਨਾ ਤੁਸੀਂ ਜਾ ਸਕਦੇ। ਓਕੇ, ਵਾਲੇ ਆਪ ਬੋਲੇ ਉਹਦੇ ਬੰਦੇ ਵਾਲੇ। अच्छा, ये ਦੇ ਚ ਪੈਸੇ ਪਾ ਦੇਣੇ ਹਨਾ? ਹਾਂ ਠੀਕ ਹੈ, ਪੈਸੇ ਪਾ ਦੇਣੇ। PayPal ਨਾਲ ਤੁਸੀਂ ਕਰ ਸਕਦੇ ਹੋ, ਜੇ ਇੰਟਰਨੈਟ ਤੋਂ ਕਿਸੇ ਨੇ ਪੇਮੈਂਟ ਕਰਨੀ ਕਾਰਡ ਉਥੋਂ ਫੋਨ ਤੋਂ ਉੱਥੇ ਕਰ ਸਕਦੇ ਹੋ। ਆ ਫੁੱਲ ਲੱਗੇ ਆ। ਆ ਜਾਓ, ਦੇਖਦੇ ਹਾਂ। ਆ ਦੇਖਿਆ ਤੇ ਲੈ ਕੇ ਗਏ। ਆਹੋ ਆਹੋ ਆਹੋ, ਜਨਾਨੀ ਗਈ ਆ, ਬੰਦਾ ਲੈ ਕੇ ਗਿਆ। अच्छा, जी मोहरे शॉप है वो खोखा जहा वो होर किसी का है ना? हाँ, वो तो मेरे ख्याल खाण पीण वाला लाया है ना उन्होंने कुछ। स्ट्रॉबेरी वगैरह आ भी फुलां दा ही आ वाली। हाँ हाँ, सूरजमुखी के फुल लगते हैं तो सारे फुल। हरेक साल आ जाते हैं, हरेक साल ताजे फुल थानू मिलते हैं, ऐसे कट के ले जाओ। सही है जी, सही है ना। अच्छा, 90 सेंट का एक। हाँ, 90 सेंट का एक। सही है, ये भी कदे करते होने कुछ सूरजमुखी के फल में? इदा डेकोरेशन जहाँ घर च किसी देने। अच्छा, सही है, देने है। कुछ है सही है। आप है एक खेत के बच्चे, तो आखलो चारे पासे आ सूरजमुखी के फुल भी आसान दसा ही है भाई, ये भी डेकोरेशन वास्ते यूज करते है ना। तो आ भी सारे फुल ही आ, तो सामने मेन चीज़ जी देखने वाली सी इतने लोगों की जी ईमानदारी है ना, लोग फुल आप ही इतों बढ़ते हैं, आप ही जो फुल चंगा लगता उन्होंने कट लेंगे, तो पैसे उत्थे सामने गोलक च पा जाते। मतलब कोई बंदा नहीं है, कोई शॉप नहीं, ये नहीं है भाई इतने कोई बंदा बैठ के भी फुल बेचता पाया। लोग आते जोड़ा भी फुल चाहिए वो सामने परे फुल लगे आ, उतों कोई कट के लिया के जिन्हें दे भी हो एक उस हिसाब न पैसे उत्थे वो जी सामने एक तरह की गोलक ही बनी हुई है वो पा जाते। चंगे चाचा जी, जर्मन के लोग थोड़े। हाँ एक गोरी आई सी वड के लेके गई है, प्राइस इथे लिखा होना 1 यूरो 20 सेंट का एक है ना, थले कट के लै जाना। आया जी वो गोलक जिदे ये पा देने, तो इतने पैसे पा देने, तो जे किसी ने ऑनलाइन पेमेंट करनी है तो इतों स्कैन करके कोड उतों पेमेंट कर सकता। करता भी रखो। अच्छा हाँ सही, अच्छा इतों कर चक के। हाँ, इतों कर चक के तो कट लो, बाद कर इतने रख जाओ। क्या बात है, वधिया चीज। आओ तुम होर जाते ही जर्मन दी दो चार गल्ला बात। मैं एक जगह होर भी अगे देखा सगा, उत्थे अंडे अंडिया की ट्रेल द रखी हो सी, अंडे जिन्हें तुम चाहिए चको उत्थे पैसे रखे। वह भी है? आहो, भी जेडे फार्मर है जेडे जिन्होंने कुकड़ियां रखी ना, वो भी है। आलू मिल जाते, अंडे मिल जाते, सब कुछ मिल जाता। ऑटोमेटिक लगी है, पैसे पाओ समान कर लो। सही है जी, सही है। तो बंद तो मार लेने हैं।
ਅੱਛਾ ਜੀ ਤੁਸੀਂ 40 ਚ ਕਿੰਨੇ ਸਾਲ ਹੋ ਗਏ ਇੱਥੇ ਤੁਹਾਨੂੰ ਮੈਨੂੰ 37 ਸਾਲ ਹੋ ਗਏ 37 ਸਾਲ ਉਦੋਂ ਕਿੱਦਾਂ ਆਏ ਸੀ ਇੰਡੀਆ ਤੋਂ ਉਦੋਂ ਸਾਨੂੰ ਐਂਟਰੀ ਸੀ ਪਹਿਲਾਂ ਈਸਟ ਜਰਮਨੀ ਦੀ ਈਸਟ ਜਰਮਨੀ ਦੀ ਇੰਡੀਆ ਵਾਲਿਆਂ ਨੂੰ ਸਿੱਧੀ ਐਂਟਰੀ ਸੀ ਹਾਂ ਅੱਛਾ ਤੇ ਇੱਥੇ ਦਾ ਟ੍ਰਾਂਸਿਟ ਵੀਜ਼ਾ ਲਿਆ ਸੀ ਬਰਲਿਨ ਦਾ ਅੱਛਾ ਟ੍ਰਾਂਸਿਟ ਵੀਜ਼ਾ ਹਾਂ ਠੀਕ ਹੈ ਇੱਥੇ ਫਿਰ ਪੋਲੀਟੀਕਲ ਸਟੇਜ ਦਾ ਕੇਸ ਕਰਾਤਾ ਓਕੇ 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 ਪੋਲੀਟੀਕਲ ਸਟੇਜ ਦਾ ਹੁਣ ਅੱਜ ਕੱਲ ਵੀ ਲੱਗ ਜਾਂਦੇ ਨੇ ਲੋਕੀ ਉਦੋਂ ਲਾਉਂਦੇ ਉਦੋਂ ਤਾਂ ਬਹੁਤ ਮੈਨੂੰ ਪਤਾ ਪੋਲੀਟੀਕਲ ਸਟੇਜ ਬਹੁਤ ਲਾਉਂਦੇ ਹੁੰਦੇ ਸੀ ਜਰਮਨ ਦੇ ਵਿੱਚ ਅੱਛਾ ਹੁਣ ਵੀ ਲੱਗਦੇ ਆ ਜਿਹੜਾ ਕੋਈ ਬੰਦਾ ਪੀੜੀ ਦਾ ਸਟੇਜ ਵਾਲਾ ਕੇਸ ਲਾਉਂਦਾ ਫਿਰ ਉਹ ਕਿੰਨੇ ਕੁ ਚਿਰ ਦੇ ਵਿੱਚ ਇੱਥੇ ਪੱਕਾ ਹੋ ਜਾਂਦਾ ਜਾਂ ਕੀ ਸਿਸਟਮ ਹੁੰਦਾ ਉਹਦਾ ਉਹਨੂੰ ਟਾਈਮ ਲੱਗਦਾ ਅੱਛਾ ਜੀ ਪੱਕੇ ਚਾਹੀਦਾ ਫਿਰ ਮਤਲਬ ਜੇ ਬੰਦਾ ਕੰਮ ਕਰਦਾ ਨਾ ਪੇਪਰਾਂ ਦੇ ਟੈਕਸ ਪੇ ਕਰਦਾ ਤੇ ਉਹਨੂੰ 7 ਸਾਲਾਂ ਬਾਅਦ ਵੀਜ਼ਾ ਦਿੰਦੇ 7 ਸਾਲਾਂ ਬਾਅਦ 7 ਸਾਲ ਬਾਅਦ ਰਾਈਟ ਬਣਦਾ ਕਿ ਮੈਂ 7 ਸਾਲ ਤੋਂ ਇੱਥੇ ਪਰਮਾਨੈਂਟ ਰਹਿ ਰਿਹਾ ਟੈਕਸ ਪੇ ਕਰਦਾ ਅੱਛਾ ਜੀ ਹਾਂ ਉਹਨੂੰ ਦੇ ਦਿੰਦੇ ਠੀਕ ਹੈ ਜਿਹਨੇ ਪੀੜੀ ਦਾ ਸੇਲ ਆਈ ਹੁੰਦੀ ਹਾਂ ਓਕੇ ਤੇ ਮਤਲਬ ਉਦਾਂ ਬੰਦਾ ਆ ਕੇ ਕੰਮ ਕਰ ਸਕਦਾ ਜਿੱਦਾਂ ਕੱਚਾ ਜਿਹੜਾ ਕੋਈ ਵੀ ਬੰਦਾ ਆ ਮੰਨ ਲਓ ਬੰਦਾ ਆ ਗਿਆ ਪੋਲੀਟੀਕਲ ਸਟੇਜ ਤੇ ਲਾ ਕੇ ਕੰਮ ਇੱਕ ਤਰ੍ਹਾਂ ਦਾ ਪੇਪਰ ਉਹਨੂੰ ਕੰਮ ਕਰਨ ਦੀ ਪਰਮਿਸ਼ਨ ਮਿਲ ਜਾਂਦੀ ਮਿਲ ਜਾਂਦੀ ਮਿਲ ਜਾਂਦੀ ਠੀਕ ਆ ਠੀਕ ਆ ਇਹ ਤਾਂ ਨਾਟ ਬੈਡ ਮਾੜਾ ਨਹੀਂ ਆ 7 ਸਾਲ ਉਦਾਂ ਬਾਕੀ ਹੋਰ ਇਹ ਤੇ ਪੱਕਾ ਹੋਣ ਦਾ ਵਿਆਹ ਦਾ ਹੀ ਚੱਕਰ ਹੈ ਬਸ ਵਿਆਹ ਕਰਾ ਗਏ ਹਨਾ ਵਿਆਹ ਕਰਾ ਲਿਆ ਜਾਂ ਕਿਸੇ ਬੱਚਾ ਹੋ ਗਿਆ ਉਹ ਵੀ ਨਹੀਂ ਕਰ ਸਕਦੇ ਅੱਛਾ ਸਹੀ ਹੈ ਜੀ ਸਹੀ ਹੈ ਤੇ ਕਿੱਥੇ ਸਪੀਡ ਕਿੰਨੀ ਤੇ ਚਲਾ ਸਕਦੇ ਆਪਾਂ ਗੱਡੀ ਅੱਛਾ ਜੀ ਆਹ ਮੂਹਰੇ ਵੀ ਆਪਾਂ ਦਿਖਾ ਦਿੰਦੇ ਤੇ ਆਹ ਵਾਲੀ ਲਾਈਨ ਜਿਹੜੀ ਇੱਧਰਲੀ ਲਾਈਨ ਆ ਇਸ ਲਾਈਨ ਦੇ ਵਿੱਚ ਤੁਸੀਂ ਭਾਵੇਂ 240 ਤੇ ਚਲਾ ਲਓ ਹਾਂ ਭਾਵੇਂ ਜਿੰਨੀ ਵਾਰੀ ਚਲਾ ਲਈ ਜਿੱਦ ਗਈ ਭਾਈ ਇਹ ਵੀ ਆ ਲਓ ਮੈਂ ਹੁਣ ਤੁਹਾਨੂੰ ਭਜਾ ਕੇ ਦਿਖਾਉਂਦਾ ਉਹ ਦੇਖੋ ਜੀ ਮੀਟਰ ਮੈਂ ਤੁਹਾਨੂੰ ਦਿਖਾਉਣਾ 175-76 ਹਾਂ 182 ਗਈ 186 190 ਹੋ ਗਈ ਆ ਗੱਡੀਆਂ ਵੀ ਸਾਰੀਆਂ ਆਟੋਮੈਟਿਕ ਆ ਆਪਣੇ ਆਪ ਹੀ ਇਹਨਾਂ ਨੇ ਬ੍ਰੇਕ ਲਾ ਲੈਣੀ ਆ ਥਾਈਲੈਂਡ ਦੀ ਗੱਡੀ ਆ